ਧੱਕੇਸ਼ਾਹੀ ਤੇ ਦਾਸਤੀ ਤੇ ਜਾਬਰ ਪੁਣੇ ਦੇ ਨਾਲ ਇਸ ਤਰ੍ਹਾਂ ਕੰਮ ਨਹੀਂ ਚੱਲਦਾ ਜਿਸ ਜਾਬਰ ਪੁਣੇ ਦੇ ਨਾਲ ਸਰਕਾਰ ਕੰਮ ਚਲਾਉਣਾ ਚਾਹੁੰਦੀ ਹੈ। ਸਰ ਇਹ ਕਹਿੰਦੇ ਹੈ ਕਿ ਖਜ਼ਾਨਾ ਤਾਂ ਸਾਡਾ ਫੁੱਲ ਹੈ, ਸਾਡੇ ਕੋਲ ਪੂਰਨ ਪੈਸੇ ਹੈ, ਵਾਧੂ ਪੈਸੇ ਹੈ, ਤੇ ਫਿਰ ਉਹਨਾਂ ਵਿਚਾਰੇ ਕਰਮਚਾਰੀਆਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਜਨਾਬ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮਾਨ ਸਰਕਾਰ ਨੂੰ ਮੁਲਾਜ਼ਮਾਂ ਦੇ ਮਸਲੇ ਤੇ ਘੇਰ ਰਹੇ ਨੇ ਅਤੇ ਨਾਲ ਹੀ ਤੰਜ ਕਸਿਆ ਮਾਨ ਦੇ ਉਹਨਾਂ ਦਾਅਵਿਆਂ ਤੇ ਜਿਸ ਦੇ ਵਿੱਚ ਮੁੱਖ ਮੰਤਰੀ ਹਮੇਸ਼ਾ ਖਜ਼ਾਨਾ ਫੁੱਲ ਹੋਣ ਦੀ ਗੱਲ ਕਰਦੇ ਨੇ। ਹਾਲਾਂਕਿ ਮਾਨ ਸਰਕਾਰ ਭਰੋਸਾ ਦਵਾ ਰਹੀ ਹੈ ਕਿ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਹੱਲ ਹੋਣਗੀਆਂ, ਪਰ ਵਿਰੋਧੀ ਮਾਨ ਸਰਕਾਰ ਨੂੰ ਘੇਰ ਰਹੇ ਨੇ। ਮੈਂ ਸਮਝਦਾ ਕਿ ਮੁਲਾਜ਼ਮਾਂ ਨਾਲ ਸਾਰਾ ਸਰ ਧੱਕਾ ਹੋ ਰਿਹਾ ਜੀ। ਇਹ ਧੱਕੇਸ਼ਾਹੀ ਤੇ ਦਾਸਤੀ ਤੇ ਜਾਬਰ ਪੁਣੇ ਦੇ ਨਾਲ ਇਸ ਤਰ੍ਹਾਂ ਕੰਮ ਨਹੀਂ ਚੱਲਦਾ ਜਿਸ ਜਾਬਰ ਪੁਣੇ ਦੇ ਨਾਲ ਸਰਕਾਰ ਕੰਮ ਚਲਾਉਣਾ ਚਾਹੁੰਦੀ ਹੈ। ਅਕਸਰ ਇਹ ਕਹਿੰਦੇ ਹੈ ਕਿ ਖਜ਼ਾਨਾ ਤਾਂ ਸਾਡਾ ਫੁੱਲ ਹੈ, ਸਾਡੇ ਕੋਲ ਪੂਰਨ ਪੈਸੇ ਹੈ, ਵਾਧੂ ਪੈਸੇ ਹੈ, ਤੇ ਫਿਰ ਉਹਨਾਂ ਵਿਚਾਰੇ ਕਰਮਚਾਰੀਆਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਜਨਾਬ। ਕਿਉਂ ਨਹੀਂ ਮੰਨਦੇ? ਉਹਨਾਂ ਨੂੰ ਅੱਜ ਕਿੰਨੇ ਦਿਨ ਹੋ ਗਏ ਪੂਰਨ ਹੜਤਾਲ 'ਤੇ ਬੈਠਿਆਂ, ਜਨਤਾ ਇਹਦੇ 'ਚ ਸਫ਼ਰ ਕਰ ਰਹੀ ਹੈ, ਪੰਜਾਬ ਦੇ ਲੋਕ ਵਿਚਾਰੇ ਧੱਕੇ ਖਾ ਰਹੇ ਨੇ ਕਚਹਿਰੀਆਂ ਦੇ ਵਿੱਚ, ਦਫ਼ਤਰਾਂ ਦੇ ਵਿੱਚ, ਉਹਨਾਂ ਦਾ ਕੋਈ ਕੰਮ ਕਰਨ ਲਈ ਤਿਆਰ ਨਹੀਂ। ਮੈਂ ਕਹਾਂਗਾ ਕਿ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ 'ਤੇ ਗੌਰ ਫਰਮਾ ਕੇ ਜਲਦੀ ਤੋਂ ਜਲਦੀ ਪੰਜਾਬ ਦੇ ਲੋਕਾਂ ਦੇ ਵਿੱਚ ਤਮਾਮ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ।